ਲੈਟਸ ਕਟ ਅਕ੍ਰੋਸ ਸਟ੍ਰੇਟ ਟੂ ਵਾਟ ਦ ਫਾਰਮਰਸ ਆਰ ਸੇਇੰਗ ਐਟ ਦਿਸ ਜੰਕਸ਼ਨ। ਧਰਗਾ ਨਾਲ ਮੀਟਿੰਗ ਹੋਈ ਹੈ, ਉਹਨਾਂ ਨੇ ਸਾਡੇ ਕੋਲੇ ਤੁਸੀਂ ਕਹੋਗੇ ਵੀ ਫਿਰ ਕੀ ਕਾਹਦੀ ਖਾਤਰ ਕੀਤੀ? ਉਹਦੇ ਇੱਕ ਗੱਲ ਹੀ ਕੀਤੀ ਵੀ ਇੱਕ ਤਾਂ ਵੀ ਜਿਹੜਾ ਉਹ ਉਹਦੇ ਵਿੱਚ ਜਾਣਾ ਹੈ, ਕਿੰਨੇ ਕਿੰਨੇ ਬੰਦੇ ਜਾਣਗੇ ਦੋਨੇ ਫੋਰਮਾਂ ਦੇ, ਇਹ ਗੱਲ ਤੈਅ ਕਰਨ ਵਾਲੀ ਸੀਗੀ ਕਿੰਨੀ ਗਿਣਤੀ ਹੋਊਗੀ, ਉਹ ਹੋਊਗੀ ਡਿਸਾਈਡ। ਬਾਕੀ ਹਾਲਾਤ ਨਾਰਮਲ ਕਰਵਾਏ ਜਾਣਗੇ। ਦੂਸਰੀ ਗੱਲ ਸੁਣ ਜੀ, ਦੂਸਰੇ ਉਹ ਸੁਣ ਦੱਸ ਦਿੰਦੇ, ਦੂਸਰੀ ਗੱਲ ਜਿਹੜੀ ਸੀਗੀ ਵੀ ਮੀਟਿੰਗ ਹੈਗੀ, ਹਾਲਾਤ ਜਿਹੜੇ ਹਾਲਾਤ ਨੇ ਉਹ ਨਾਰਮਲ ਕੀਤੇ ਜਾਣ, ਇਹ ਅਸੀਂ ਇਹਨਾਂ ਨੇ ਤਾਂ ਹੀ ਬੁਲਾਇਆ ਸੀਗਾ ਵੀ ਜੇ ਉਹੀ ਹਾਲਾਤ ਰਹਿੰਦੇ ਨੇ, ਜੇ ਅੱਜ ਸਾਰਾ ਦਿਨ ਹੋਏ ਆ ਫਿਰ ਇਹ ਮੀਟਿੰਗ ਨਹੀਂ ਹੋਣੀ ਹੈ। ਉਹਨਾਂ ਨੇ ਜ਼ਿੰਮੇਵਾਰੀ ਲਈ ਆ ਵੀ ਹਾਲਾਤ ਜਿਹੜੇ ਹਾਲਾਤ ਹੈ ਉਹਨਾਂ ਨੂੰ ਅਸੀਂ ਨਾਰਮਲ ਕਰਾਂਗੇ। ਧੰਨਵਾਦ ਸਾਹਿਬ, ਐਸ ਕੇ ਐਮ ਨੇ ਫੈਸਲਾ ਕਿਹਾ ਕਿ ਟੋਲ ਪਲਾਜ਼ੇ ਜਿਹੜੇ ਮੰਤਰੀ ਦੇ ਵਿੱਚ ਤੁਹਾਨੂੰ ਮੈਚ ਦੇ ਚਾਹੀਦੇ ਨੇ, ਤੁਹਾਡੇ ਕਈ ਜਥੇਬੰਦੀਆਂ ਮੈਚ ਚਾਹੀਦੇ ਨੇ, ਮੈਂ ਦੇਖ ਲਿਓ ਚਿੱਠੀ ਵਾਲੀ ਦੱਸ ਕਰਦੇ ਨੇ ਦੋਵੇਂ ਤੁਸੀਂ ਡਲਿਆ, ਇੱਕ ਦੋ ਸਵਾਲ ਲਾ ਕੇ ਕਰ ਲਈਏ ਇਕੱਲਾ ਇਕੱਲਾ। ਇੱਕ ਤਾਂ ਹੈਗਾ ਵਾ ਵੀ ਅਰਜੁਨ ਮੁੰਡਾ ਜੀ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਨੇ, ਪਿਊਸ਼ ਗੋਇਲ ਜੀ, ਅਨਿਤਿਆ ਨੰਦ ਰਾਏ ਜੀ ਜਿਹੜੇ ਮੇਰੇ ਖਿਆਲ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ, ਤਿੰਨ ਮੰਤਰੀਆਂ ਦੇ ਸਿਟਿੰਗ ਨਾਲ ਸਾਡੀ ਵਾਰਤਾ ਹੋਊਗੀ। ਜਿੱਥੋਂ ਤੱਕ ਸਵਾਲ ਵੀਰ ਨੇ ਕੀਤਾ ਵੀ ਹੋਰ ਮਤਲਬ ਦੋ ਚੀਜ਼ਾਂ ਆਈਆਂ ਵੀ ਐਸ ਕੇ ਐਮ ਟੋਲ ਪਲਾਜ਼ੇ ਫਰੀ ਕਰ ਰਿਹਾ, ਇੱਕ ਜਥੇਬੰਦੀ ਉੱਧਰ ਰੇਲਾਂ ਵੀ ਜਾਮ ਕਰ ਰਹੀ ਆ, ਅਤੇ ਇਹ ਆ ਵੀ ਜੋ ਕੁਝ ਜਾਬਰ ਹੋਇਆ ਵਾ ਠੀਕ ਆ ਉਹਦੇ 'ਤੇ ਉਹਨਾਂ ਹਾ ਦਾ ਨਾਰਾ ਮਾਰਿਆ। ਚਲੋ ਕਿਸੇ ਵੀ ਸਾਡੇ ਭਰਾਵਾਂ ਨੇ ਸਾਡੇ ਜਬਰ 'ਤੇ ਹਾ ਦਾ ਨਾਰਾ ਮਾਰਿਆ, ਚੰਗੀ ਗੱਲ ਆ ਸਰ। ਦੇਖੋ ਗੱਲ ਫਿਰ ਮੈਂ ਉਹੀ ਕਰਾਂ ਕਿ ਮੀਟਿੰਗ ਕੱਲ ਨੂੰ ਹੋਣੀ ਆ, ਲੇਕਿਨ ਅਸੀਂ ਕਿਹਾ ਕੀ ਹੈ, ਅਸੀਂ ਲਗਾਤਾਰ ਇਹ ਕਹਿ ਰਹੇ ਹਾਂ ਤੁਹਾਡੇ ਚੈਨਲਾਂ ਤੋਂ ਕਹਿ ਰਹੇ ਹਾਂ ਕਿ ਸਾਡੇ ਨਾਲ ਮੀਟਿੰਗ ਦਾ ਤਾਂ ਹੀ ਫਾਇਦਾ ਹੋਣਾ ਹੈ ਜੇਕਰ ਕੋਈ ਸਰਕਾਰ ਪੋਜ਼ਿਟਿਵ ਹੋ ਕੇ ਆਉਂਦੀ ਹੈ, ਤਾਂ ਕੁਝ ਲੋਕਾਂ ਨੂੰ ਦੇਣ ਲਈ ਆਉਂਦੀ ਹੈ, ਤਾਂ ਗੱਲਾਂ ਨਾਲ ਗੱਲਾਂ ਦਾ ਹੱਲ ਨਹੀਂ ਹੁੰਦਾ। ਦੇਖੋ ਮੈਂ ਬੇਨਤੀ ਕਰਾਂ ਜੀ, ਜਿਹੜਾ ਬੰਦਾ ਸਾਡੇ ਅੱਜ ਸਮਰਥਨ ਦੇ ਵਿੱਚ ਬੋਲਦਾ ਹੈ, ਸਾਡੇ ਉੱਤੇ ਇਸ ਹੋਏ ਜਬਰ ਦੇ ਵਿੱਚ ਹਾਦਾ ਨਾਰਾ ਮਾਰਦਾ ਹੈ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰਾਂਗੇ। Well, we'll keep a close track of what is being said at the press conference there and bring you all the updates. But on the other side, a lot has been, of course, spoken about the consulate of the United States being set up in Bengaluru. There has been a delay, but right now the BJP MP from Bengaluru, Tejaswi Surya, says it's the Congress to blame. Why? We speak to him exclusively on the other side of this quick break. Stay with us.